ਹਜ਼ੂਰ ਕੋਲੋਂ ਵੀ ਮੰਗਣਾ ਹੋਵੇ ਤੇ ਵਿੱਚ ਫਰੀਦ ਪਾ ਲਓ। ਠੀਕ ਹੈ, ਪਤਾ ਨਹੀਂ ਕਿੰਨੇ ਕੰਨਾਂ 'ਚ ਗਾਵਾਜ ਜਾਵੇ ਤੇ ਸੁਭਾਨ ਅੱਲਾਹ ਬੋਲੇ ਤੇ ਮੈਂ ਨਾਲ ਸ਼ੁਰੂ ਕਰਨ ਲੱਗਾ। ਹਮਦ ਮੈਂ ਪੜ੍ਹ ਲਈ ਹਾ ਮੁਹੰਮਦ ਦੇ ਗੁਲਾਮ ਦਾ ਗੁਲਾਮ ਹੋਣਾ ਕਾਫੀ ਤੇ ਹਾਸਲੇ ਗੁਲਾਮੀ ਦਾ ਮਕਾਮ ਹੋਣਾ ਕਾਫੀ ਤੇ ਹਾਸਲੇ ਗੁਲਾਮੀ ਦਾ ਮਕਾਮ ਹੋਣਾ ਜਿਹਨੂੰ ਕਾਫੀ ਹੈ ਲਫ਼ਜ਼ ਕਾਫੀ ਦੇ ਹੱਥ ਉਠਾਉਣਾ ਹੈ। ਪਿਛਲਾ ਮਿਸਰਾ ਮੈਂ ਪੜ੍ਹਨਾ ਹੈ ਮੁਹੰਮਦ ਦੇ ਗੁਲਾਮ ਦਾ ਗੁਲਾਮ ਹੋਣਾ ਕਾਫੀ ਮੁਹੰਮਦ ਦੇ ਗੁਲਾਮ ਦਾ ਗੁਲਾਮ ਹੋਣਾ ਕਾਫੀ ਮੈਂ ਤਸਬੀ ਹੋਰ ਕੀ ਪੜ੍ਹਨੀ ਤਵਜੋ ਹੈ ਥੋੜ੍ਹੀ ਜਿਹੀ ਸੁਭਾਨ ਲੱਗੋ ਤਾਂ ਮੈਂ ਜ਼ਰਾ ਸਮਝਾਂਗਾ। ਹਾਂ ਮੈਂ ਤਸਬੀ ਹੋਰ ਕੀ ਪੜ੍ਹਨੀ ਮੈਂ ਜਪਣੀ ਹੋਰ ਕੀ ਮਾਲਾ ਮੈਂ ਤਸਬੀ ਹੋਰ ਕੀ ਪੜ੍ਹਨੀ ਮੈਂ ਜਪਣੀ ਹੋਰ ਕੀ ਮਾਲਾ ਮੁਹੰਮਦ ਦਾ ਇਨਾ ਹੋਣਾ ਕਾਫੀ ਮੇਰੇ ਲਬ ਤੇ ਮੁਹੰਮਦ ਦਾ ਇਨਾ ਹੋਣਾ ਕਾਫੀ ਮੁਹੰਮਦ ਦੇ ਗੁਲਾਮ ਦਾ ਗੁਲਾਮ ਹੋਣਾ ਕਾਫੀ ਤੂੰ ਕਹਿ ਦੇ ਯਾ ਰਸੂਲ ਅੱਲਾ ਤੂੰ ਕਹਿ ਦੇ ਯਾ ਰਸੂਲ ਅੱਲਾ ਤੂੰ ਕਹਿ ਦੇ ਯਾ ਰਸੂਲ ਅੱਲਾ ਦਰੂ ਦੇ ਪਾਕ ਵੀ ਪੜ ਲੈ ਜੇ ਸੁਣੀ ਸਲਾਮ ਹੋਣਾ ਕਾਫੀ ਉਹ ਹੱਥ ਉਠਾਵੇ ਜਿਹੜਾ ਹੈ ਜੇ ਸੁਣੀਏ ਤੇਰੇ ਲਬ ਤੇ ਸਲਾਮ ਹੋਣਾ ਕਾਫੀ ਮੁਹੰਮਦ ਦੇ ਗੁਲਾਮ ਦਾ ਗੁਲਾਮ ਹੋਣਾ ਕਾਫੀ ਸ਼ਬੀਰ ਨੇ ਨਾਨਾ ਅਸਾਂ ਪਾਣੀ ਨੂੰ ਕੀ ਕਰਨਾ ਕਿਆ ਸ਼ਬੀਰ ਨੇ ਨਾਨਾ ਅਸਾਂ ਪਾਣੀ ਨੂੰ ਕੀ ਕਰਨਾ ਜਾਮ ਹੋਣਾ ਕਾਫੀ ਤੇਰੇ ਹੱਥੋਂ ਅਤਾ ਕੋਸਰ ਜਾਮ ਹੋਣਾ ਕਾਫੀ ਤੇਰੇ ਹੱਥੋਂ ਅਤਾ ਕੋਸਰ ਜਾਮ ਹੋਣਾ ਕਾਫੀ ਸਹੀ ਵਾਲ ਤੋਂ ਤੁਹਾਡੇ ਸ਼ਹਿਰ ਦਾ ਸਫ਼ਰ ਜਿੰਨਾ ਵੀ ਹੈ ਇਸ ਸ਼ੇਰ ਦੀ ਨਜ਼ਰ ਕਰਨ ਲੱਗਾ ਦਿਲ ਕਰੇ ਸੁਭਾਨ ਅੱਲਾਹ ਕਹਿਣਾ ਦਿਲ ਕਰੇ ਨਾ ਕਹਿਣਾ ਲੇਕਿਨ ਮੈਂ ਅਮਾਨਤ ਦੇ ਚੱਲਿਆ ਜਦੋਂ ਮੌਲਾ ਹੁਸੈਨ ਨੇ ਹੋਰ ਕੋਲ ਪੁੱਛਿਆ ਜਿਹੜਾ ਹੋਰ ਨੂੰ ਜਾਣਦਾ ਸੁਭਾਨ ਅੱਲਾਹ ਕਹੇ
آیا تو یزید والوں ہے مولا حسین نے فرمایا ہور آیا تو یزید والوں ہے تنخواہ بھی ادھر لینا ہے ارادے بھی تیرے ٹھیک نہیں ارادے بھی تیرے ٹھیک نہیں جماعت کھڑی ہون لگی ہے تسی اپنی نماز علیحدہ پڑھو گے یا حسین دے پیچھے پڑھو گے جدو مولا نے ہور نے فرمایا تے ہور سوچی پہ گیا تے کہن لگا اٹھ پیا اٹھ کے جماعت نہ شامل ہویا کی سوچ کے میں تائیں آیا حق ولے میں تائیں آیا حق ولے کیا ہور نے کہ میرے لئی میں تائیں آیا حق ولے کیا ہور نے محمد دے نواسے دا امام اوڑا ہی کافی پائی سینگڑ ہاتھ تھلے نہیں کرنے جنہوں کافی ہے حسین محمد دے نواسے دا امام اوڑا ہی کافی محمد دے نواسے دا امام اوڑا ہی کافی اللہ کرے اسی سارے مدینے چلے جائے گی اوتھے جا کے کمانگے میں من دعوان حیاتی دی اے ایک دن شام ہونی میں من دعوان حیاتی دی اے ایک دن شام ہونی پر جے ہو جاوے مدینے وچ تے شام ہونا ہی کافی جے ہو جاوے مدینے وچ تے شام ہونا ہی کافی بندہ پہمیں امریکہ چلا جائے پہمیں لندن چلا جائے پہمیں فرانس تے پیرس چلا جائے پر آخر تھی کی کہندہ ہے زمانے بھر دے سکھ واللہ اساہا کیوں نے کی کرنے زمانے بھر دے سکھ واللہ اساہا کیوں نے کی کرنے سنیری جالیاں تھلے آرام اوڑا ہی کافی محمد دے غلام اوڑا ہی کافی تے حاصل غلامی دا مقام اوڑا کافی ہے